ਸਾਰੇ ਹੀ ਵੀਰਾਂ ਭੈਣਾਂ ਦਾ ਮੇਰੇ YouTube ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਆਪਾਂ ਜਿਹੜੀ ਲੜੀ ਸ਼ੁਰੂ ਕੀਤੀ ਹੋਈ ਹੈ ਪੁੱਛੋ ਸਵਾਲ ਮਿਲੇਗਾ ਜਵਾਬ ਉਸ ਲੜੀ ਦਾ ਚੌਥਾ ਸਵਾਲ ਲੈ ਕੇ ਅੱਜ ਮੈਂ ਆਪ ਸਭਨਾਂ ਦੇ ਸਾਹਮਣੇ ਹਾਜ਼ਰ ਹਾਂ। ਸਵਾਲ ਪੁੱਛਣ ਵਾਲੇ ਨੇ ਸ਼ੈਫੀ ਸਿੰਘ। ਇਹਨਾਂ ਨੇ YouTube ਦੀ ਵੀਡੀਓ ਜਿੱਥੇ ਪਈ ਹੁੰਦੀ ਹੈ ਉਹਦੇ ਥੱਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਵਾਲ ਕੀਤਾ ਹੈ। ਇਹ ਕਹਿੰਦੇ ਨੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਇੱਕ ਤੇ ਇਹ ਪੰਕਤੀ ਆਂਦੀ ਹੈ ਕਿ ਸਭ ਕੁਝ ਜਿਹੜਾ ਹੈ ਉਹ ਹੁਕਮ ਦੇ ਵਿੱਚ ਹੈ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਕਿ ਸਭ ਕੁਝ ਜਿਹੜਾ ਹੈ ਉਹ ਕੁਦਰਤ ਦੇ ਨਿਜਮ ਦੇ ਵਿੱਚ ਹੈ ਕੁਦਰਤ ਦੇ ਨਿਜਮ ਤੋਂ ਬਾਹਰ ਕੁਝ ਵੀ ਨਹੀਂ ਹੈ ਇੱਕ ਪੰਕਤੀ ਤੇ ਆਂਦੀ ਹੈ ਦੂਜੀ ਪੰਕਤੀ ਇਹ ਲਿਖਦੇ ਨੇ ਕਹਿੰਦੇ ਦੂਜੀ ਪੰਕਤੀ ਆਉਂਦੀ ਹੈ ਆਪੇ ਬੀਜ ਆਪੇ ਹੀ ਖਾਓ ਕਿ ਜੋ ਤੁਸੀਂ ਬੀਜੋਗੇ ਉਹ ਹੀ ਤੁਹਾਨੂੰ ਖਾਣਾ ਪੈਣਾ ਪਬ ਜਿਹੋ ਜਿਹਾ ਤੁਸੀਂ ਕਰਮ ਕਰੋਗੇ ਉਹੋ ਜਿਹਾ ਤੁਹਾਨੂੰ ਉਹਦਾ ਰਿਜ਼ਲਟ ਮਿਲੇਗਾ ਹੁਣ ਸਵਾਲ ਇਹ ਪੁੱਛ ਰਹੇ ਨੇ ਕਹਿੰਦੇ ਇੱਕ ਪਾਸੇ ਕਿਹਾ ਗਿਆ ਹੈ ਕਿ ਸਭ ਕੁਝ ਹੁਕਮ ਦੇ ਵਿੱਚ ਹੈ ਸਭ ਕੁਝ ਨਿਜਮ ਦੇ ਵਿੱਚ ਹੈ ਤੇ ਦੂਜੇ ਪਾਸੇ ਕਿਹਾ ਜਾ ਰਿਹਾ ਵੀ ਆਪੇ ਬੀਜ ਆਪੇ ਹੀ ਖਾਓ ਕਿ ਜੋ ਤੁਸੀਂ ਆਪੇ ਬੀਜੋਗੇ ਉਹ ਹੀ ਤੁਹਾਨੂੰ ਖਾਣਾ ਪੈਣਾ ਵੀ ਇਹ ਗੁਰਬਾਣੀ ਦੇ ਵਿੱਚ ਕੰਟਰਡਿਕਸ਼ਨ ਕਿਉਂ ਹੈ ਸਵਾਲ ਇਹਨਾਂ ਦਾ ਇਹ ਹੈ ਇਹ ਵਿਰੋਧਾਪਾਸ ਕਿਉਂ ਹੈ ਇੱਕ ਪਾਸੇ ਕਹ ਰਹੇ ਨਿਜਮ ਦੇ ਵਿੱਚ ਹੈ ਸਭ ਕੁਝ ਦੂਜੇ ਪਾਸੇ ਕਹ ਰਹੇ ਨੇ ਆਪੇ ਬੀਜ ਆਪੇ ਹੀ ਖਾਓ ਹੁਣ ਇਹਨਾਂ ਨੇ ਬਹੁਤ ਹੀ ਖੂਬਸੂਰਤ ਸਵਾਲ ਜਿਹੜਾ ਹੈ ਉਹ ਪੁੱਛਿਆ ਹੈ ਵੀ ਗੁਰਬਾਣੀ ਦੇ ਵਿੱਚ ਕੰਟਰਡਿਕਸ਼ਨ ਕਿਉਂ ਹੈ ਵਿਰੋਧਾਪਾਸ ਕਿਉਂ ਹੈ ਸੋ ਮੈਂ ਵੀਰ ਨੂੰ ਕਹਿਣਾ ਚਾਹਾਂਗਾ ਸ਼ੈਫੀ ਸਿੰਘ ਵੀਰ ਗੁਰਬਾਣੀ ਦੇ ਵਿੱਚ ਕਿਤੇ ਵੀ ਕੰਟਰਡਿਕਸ਼ਨ ਨਹੀਂ ਹੈ ਵਿਰੋਧਾਭਾਸ ਨਹੀਂ ਹੈ ਹਾਂ ਸਾਨੂੰ ਗੁਰਬਾਣੀ ਨੂੰ ਸਮਝਣ ਲੱਗਿਆਂ ਕਿਤੇ ਨਾ ਕਿਤੇ ਭੁਲੇਖਾ ਲੱਗ ਸਕਦਾ ਹੈ ਸੋ ਜਿਹੜੀਆਂ ਦੋਵੇਂ ਪੰਕਤੀਆਂ ਤੁਸੀਂ ਲਈਆਂ ਨੇ ਉਹਨਾਂ ਦੋਨਾਂ ਪੰਕਤੀਆਂ ਦੇ ਅਰਥ ਆਪਾਂ ਸਮਝਣ ਦਾ ਯਤਨ ਕਰਾਂਗੇ ਤੁਸੀਂ ਦੇਖੋ ਕੁਦਰਤ ਦਾ ਇਹ ਨਿਜਮ ਹੈ ਜਿੱਦੀ ਗੱਲ ਬਾਬਾ ਨਾਨਕ ਜੀ ਨੇ ਕੀਤੀ ਹੈ ਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਏ ਕਿ ਸਭ ਕੁਝ ਹੁਕਮ ਦੇ ਵਿੱਚ ਹੈ ਸਭ ਕੁਝ ਨਿਜਮ ਦੇ ਵਿੱਚ ਹੈ ਸਭ ਕੁਝ ਇੱਕ ਸਿਸਟਮ ਦੇ ਵਿੱਚ ਹੈ ਇੱਕ ਲਾਅ ਦੇ ਵਿੱਚ ਹੈ ਠੀਕ ਹੈ ਜੀ ਹੁਣ ਉਹ ਲਾਅ ਜਿਹੜਾ ਹੈ ਨਾ ਉਹ ਸਾਡੇ ਉੱਤੇ ਲਾਗੂ ਹੋਇਆ ਹੋਇਆ ਐਗਜ਼ਾਮਪਲ ਦੇ ਤੌਰ ਦੇ ਉੱਤੇ ਸਾਡੇ ਉੱਤੇ ਇਹ ਲਾਅ ਜਿਹੜਾ ਹੈ ਉਹ ਕੁਦਰਤ ਨੇ ਲਾਗੂ ਕਰ ਦਿੱਤਾ ਹੈ ਉਹ ਲਾਅ ਕਿਹੜਾ ਹੈ ਉਹ ਲਾਅ ਇਹ ਹੈ ਕਿ ਜੋ ਤੁਸੀਂ ਬੀਜੋਗੇ ਨਾ ਉਹ ਤੁਹਾਨੂੰ ਵੜਣਾ ਪੈਣਾ ਤੁਸੀਂ ਦੇਖੋ ਬੰਦੇ ਨੂੰ ਨਾ ਕਰਮ ਕਰਨ ਦੇ ਪ੍ਰਤੀ ਆਜ਼ਾਦ ਛੱਡਿਆ ਗਿਆ ਬੰਦਾ ਜਿਹੜਾ ਵੀ ਕਰਮ ਕਰਨਾ ਚਾਵੇ ਉਹ ਕਰ ਸਕਦਾ ਹੈ ਇਹ ਕੁਦਰਤ ਦਾ ਨਿਜਮ ਹੈ ਜਿਹੜੀ ਗੱਲ ਪਹਿਲਾਂ ਆਈ ਨਾ ਕਿ ਹੁਕਮ ਹੈ ਅੰਦਰ ਸਭ ਕੋ ਸਾਰੇ ਹੀ ਹੁਕਮ ਦੇ ਵਿੱਚ ਨੇ ਸੋ ਇਹ ਇੱਕ ਨਿਜਮ ਹੈ ਉਹ ਨਿਜਮ ਕੀ ਹੈ ਕਿ ਜੋ ਤੁਸੀਂ ਬੀਜੋਗੇ ਉਹੀ ਤੁਸੀਂ ਵੱਢੋਗੇ ਇਹ ਨਿਜਮ ਹੈ ਹੁਣ ਤੁਸੀਂ ਵੇਖੋ ਜਦੋਂ ਬੀਜ ਬੀਜਿਆ ਜਾਂਦਾ ਧਰਤੀ ਦੇ ਵਿੱਚ ਬੀਜ ਬੀਜਣਾ ਵੀ ਕੁਦਰਤ ਦੇ ਨਿਜਮ ਦੇ ਵਿੱਚ ਹੀ ਹੈ ਤੇ ਬੀਜ ਨੂੰ ਬੀਜਣ ਤੋਂ ਬਾਅਦ ਜਦੋਂ ਕੁਝ ਸਮੇਂ ਬਾਅਦ ਫਸਲ ਪੈਦਾ ਹੁੰਦੀ ਹੈ ਉਹ ਚੀਜ਼ ਵੀ ਕੁਦਰਤ ਦੇ ਨਿਜਮ ਦੇ ਵਿੱਚ ਹੈ ਦੋਵੇਂ ਚੀਜ਼ਾਂ ਹੀ ਹੈ ਗਿਆ ਨੇ ਨਾ ਇਸੇ ਤਰ੍ਹਾਂ ਇਹ ਮਨੁੱਖ ਦੀ ਗੱਲ ਹੈ ਇਹ ਨਿਜਮ ਹਰ ਕਿਸੇ ਦੇ ਉੱਤੇ ਲਾਗੂ ਕੀਤਾ ਗਿਆ ਹੈ ਕੁਦਰਤ ਦੇ ਵੱਲੋਂ ਕਿ ਜੋ ਤੁਸੀਂ ਬੀਜਦੇ ਹੋ ਨਾ ਤੁਹਾਨੂੰ ਵੜਣਾ ਹੀ ਉਹ ਪੈਣਾ ਆਪਾਂ ਬਾਣੀ ਦਾ ਵਾਕ ਪੜ੍ਹਦੇ ਆ ਨਾ ਜਿਹਾ ਬੀਜੇ ਸੋਲਣੇ ਜਿਹੋ ਜਿਹਾ ਤੁਸੀਂ ਬੀਜੋਗੇ ਤੁਹਾਨੂੰ ਉਹ ਵੜਨਾ ਪੈਣਾ ਹੈ ਇੱਕ ਨਿਜਮ ਹੈ ਬੰਦੇ ਨੂੰ ਆਜ਼ਾਦ ਛੱਡਿਆ ਗਿਆ ਹੈ ਕੁਦਰਤ ਦੇ ਨਿਜਮ ਦੇ ਵਿੱਚ ਹੀ ਛੱਡਿਆ ਗਿਆ ਹੈ ਠੀਕ ਹੈ ਨਾ ਕੁਦਰਤ ਦੇ ਨਿਜਮ ਦੇ ਵਿੱਚ ਹੀ ਬੰਦੇ ਨੂੰ ਕਰਮ ਕਰਨ ਦੇ ਪ੍ਰਤੀ ਸੋਚਣ ਦੇ ਪ੍ਰਤੀ ਆਜ਼ਾਦ ਛੱਡਿਆ ਗਿਆ ਮੈਂ ਜਿਹੋ ਜਿਹਾ ਵੀ ਸੋਚਣਾ ਚਾਹਾਂ ਮੈਂ ਸੋਚ ਸਕਦਾ ਵਾਂ ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਤੁਸੀਂ ਦੇਖੋ ਤੁਸੀਂ ਜਿਹੜੀ ਵੀ ਮਰਜੀ ਕੰਟਰੀ ਵਿੱਚ ਰਹਿ ਰਹੇ ਹੋ ਉਸ ਕੰਟਰੀ ਵਾਲਿਆਂ ਨੇ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਹੋਵੇ ਉਹ ਕਾਨੂੰਨ ਕੀ ਹੈ ਕਾਨੂੰਨ ਇਹ ਹੈ ਕਿ ਜਿਹੋ ਜਿਹਾ ਤੁਸੀਂ ਕਰਮ ਕਰੋਗੇ ਤੁਹਾਨੂੰ ਉਹੋ ਜਿਹਾ ਉਹਦਾ ਰਿਜ਼ਲਟ ਮਿਲੇਗਾ ਠੀਕ ਹੈ ਹੁਣ ਇੱਕ ਬੰਦਾ ਜਿਹੜਾ ਹੈ ਉਹ ਬੈਂਕ ਜਾਂਦਾ ਹੈ ਬੈਂਕ ਗਿਆ ਉਹਨੇ ਬੈਂਕ ਦੇ ਵਿੱਚੋਂ ਨਾ 20000 ਰੁਪਏ ਕਢਾਇਆ ਠੀਕ ਹੈ ਕਿਉਂਕਿ ਉਹਨੇ ਜਮ੍ਹਾਂ ਕਰਾਇਆ ਹੋਇਆ ਸੀਗਾ ਉਹਨੇ ਕਿਸੇ ਸਮੇ ਇਹ ਬੀਜ ਬੀਜਿਆ ਹੋਇਆ ਸੀਗਾ ਉਨੇ 20000 ਜਮਾ ਕਰਾਇਆ ਹੋਇਆ ਸੀ ਤੇ ਉਹਨੂੰ ਲੋੜ ਪਈ ਤੇ ਉਹਨੇ ਕੀ ਕੀਤਾ ਉਹ ਬੈਂਕ ਗਿਆ ਤੇ ਬੈਂਕ ਤੋਂ 20000 ਰੁਪਏ ਕਢਾ ਕੇ ਲੈ ਆਇਆ ਇੱਕ ਨਿਜਮ ਹੈ ਉਸ ਨੂੰ ਕਿਸੇ ਬੰਦੇ ਨੇ ਕੁਝ ਕਿਹਾ ਕਿਸੇ ਨੇ ਉਹਨੂੰ ਅਰੈਸਟ ਕੀਤਾ ਹੋਵੇ ਕਿਸੇ ਨੇ ਉਹਨੂੰ ਜੇਲ੍ਹ ਵਿੱਚ ਪਾ ਦਿੱਤਾ ਹੋਵੇ ਜਾਂ ਉਹਦਾ ਕੋਰਟ ਦੇ ਵਿੱਚ ਕੇਸ ਚੱਲਿਆ ਹੋਵੇ ਨਹੀਂ ਨਾ ਕਿਉਂਕਿ ਉਹਨੇ ਆਪਣਾ ਧਨ ਜਿਹੜਾ ਹੈ ਬੈਂਕ ਵਿੱਚ ਜਮਾ ਕਰਾਇਆ ਸੀਗਾ ਤੇ ਜਦੋਂ ਉਹਨੂੰ ਲੋੜ ਪਈ ਉਹਨੇ ਬੈਂਕ ਦੇ ਵਿੱਚੋਂ ਆਪਣਾ ਧਨ ਜਿਹੜਾ ਹੈ ਉਹ ਕਢਾ ਵੀ ਲਿਆ ਸਰਕਾਰ ਦਾ ਨਿਜਮ ਹੈ ਤੁਸੀਂ ਬੈਂਕ 'ਚ ਪੈਸੇ ਜਮਾ ਕਰਾਓ ਜਦੋਂ ਤੁਹਾਨੂੰ ਲੋੜ ਪੈਂਦੀ ਹੈ ਤੁਸੀਂ ਕਢਾ ਲਓ ਠੀਕ ਹੈ ਨਾ ਇੱਕ ਨਿਜਮ ਬਣਿਆ ਹੋਇਆ ਹੁਣ ਦੂਜਾ ਬੰਦਾ ਉਹਨੇ ਬੈਂਕ ਵਿੱਚ ਨਾ ਧਨ ਜਮਾ ਨਹੀਂ ਕਰਾਇਆ ਉਹਦਾ ਕੋਈ ਧਨ ਨਹੀਂ ਹੈਗਾ ਪਰ ਉਹਨੇ ਆਪਣੇ ਬ੍ਰੇਨ ਦੇ ਵਿੱਚ ਇੱਕ ਪਲਾਨਿੰਗ ਬਣਾਈ ਕਿ ਮੈਂ ਨਾ ਬੈਂਕ ਲੁੱਟਦਾ ਵਾਂ ਹੁਣ ਹੋਇਆ ਕੀ ਉਹ ਬੈਂਕ ਲੁੱਟਣ ਵਾਸਤੇ ਬੈਂਕ ਚលਿਆ ਗਿਆ ਉੱਥੇ ਉਹਨੇ ਗਨ ਪੁਆਇੰਟ ਦੇ ਉੱਤੇ ਬੈਂਕ ਜਿਹੜਾ ਹੈ ਉਹ ਲੁੱਟਿਆ ਹੁਣ ਜਦੋਂ ਗਨ ਪੁਆਇੰਟ ਦੇ ਉੱਤੇ ਬੈਂਕ ਉਹਨੇ ਲੁੱਟਿਆ ਤੇ ਹੋਇਆ ਕੀ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਉਹਦੇ ਉੱਤੇ ਕੇਸ ਚੱਲਿਆ ਕੋਰਟ ਦੇ ਵਿੱਚ ਉਹਦੇ ਉੱਤੇ ਕੇਸ ਚੱਲਿਆ ਉਹਨੂੰ ਉਸ ਚੀਜ਼ ਦੀ ਸਜ਼ਾ ਦਿੱਤੀ ਗਈ ਹੁਣ ਬੀਜ-ਬੀਜਣ ਦੀ ਗੱਲ ਹੈ ਨਾ ਇੱਕ ਪਹਿਲਾ ਬੰਦਾ ਸੀ ਉਹਨੇ ਇਹ ਬੀਜ ਬੀਜਿਆ ਸੀਗਾ ਕਿ ਆਪਣੇ ਪੈਸੇ ਜਮਾ ਕਰਾਏ ਤੇ ਉਹਨੇ ਕਢਾ ਵੀ ਲਏ ਦੂਜੇ ਨੇ ਕੀ ਕੀਤਾ ਪੈਸੇ ਕੋਈ ਨਹੀਂ ਜਮਾ ਕਰਾਏ ਪਰ ਗਨ ਪੁਆਇੰਟ ਦੇ ਉੱਤੇ ਜਾ ਕੇ ਬੈਂਕ ਲੁੱਟਦਾ ਪਿਆ ਹੁਣ ਜਿਨੇ ਬੈਂਕ ਲੁੱਟਿਆ ਉਹਨੂੰ ਉਹਦਾ ਰਿਜ਼ਲਟ ਉਹੋ ਜਿਹਾ ਮਿਲ ਗਿਆ ਤੇ ਜਿਨੇ ਆਪਣੇ ਪੈਸੇ ਜਮਾ ਕਰਾ ਕੇ ਪੈਸੇ ਕਢਾਏ ਨੇ ਉਹਨੂੰ ਉਹਦਾ ਰਿਜ਼ਲਟ ਉਹੋ ਜਿਹਾ ਮਿਲਿਆ ਠੀਕ ਹੈ ਨਾ ਕਿਉਂਕਿ ਇਹ ਇੱਕ ਸਰਕਾਰ ਦਾ ਨਿਜਮ ਹੈ ਜੋ ਆਮ ਬਣਿਆ ਹੋਇਆ ਹੈ ਕਿ ਜਿਹੋ ਜਿਹਾ ਤੁਸੀਂ ਕਰੋਗੇ ਤੁਹਾਨੂੰ ਉਹੋ ਜਿਹਾ ਮਿਲ ਜਾਏਗਾ ਜੇ ਆਪਣੇ ਪੈਸੇ ਜਮ੍ਹਾਂ ਕਰਾਓਗੇ ਆਪਣੇ ਕਢਾਓਗੇ ਕੋਈ ਪ੍ਰੋਬਲਮ ਨਹੀਂ ਹੈ ਪਰ ਜੇ ਦੂਜਿਆਂ ਦੇ ਪੈਸੇ ਗਨ ਪੁਆਇੰਟ ਦੇ ਉੱਤੇ ਲੁੱਟਣ ਜਾਓਗੇ ਤੇ ਅਰੈਸਟ ਕੀਤਾ ਜਾਏਗਾ ਤੇ ਤੁਹਾਨੂੰ ਸਜ਼ਾ ਦਿੱਤੀ ਜਾਏਗੀ ਤੁਹਾਡੇ ਉੱਤੇ ਕੇਸ ਚੱਲੇਗਾ ਤੁਹਾਨੂੰ ਜੇਲ੍ਹ ਵਿੱਚ ਪਾਇਆ ਜਾਏਗਾ ਠੀਕ ਹੈ ਨਾ ਹੁਣ ਜਿਵੇਂ ਆ ਸਰਕਾਰਾਂ ਨੇ ਆਪਣੇ ਆਪਣੇ ਰੂਲ ਬਣਾਏ ਹੁੰਦੇ ਨੇ ਇਸੇ ਤਰ੍ਹਾਂ ਕੁਦਰਤ ਦੇ ਰੂਲ ਵੀ ਬਣੇ ਹੋਏ ਨੇ ਕੁਦਰਤ ਦਾ ਇਹ ਨਿਜਮ ਵੀ ਬਣਿਆ ਹੋਇਆ ਹੈ ਜਿਹੜਾ ਕਿ ਹਰ ਇੱਕ ਮਨੁੱਖ ਦੇ ਉੱਤੇ ਲਾਗੂ ਕੀਤਾ ਗਿਆ ਹੈ ਉਹ ਨਿਜਮ ਇਹੀ ਲਾਗੂ ਕੀਤਾ ਗਿਆ ਕਿ ਜੋ ਤੁਸੀਂ ਬੀਜਦੇ ਹੋ ਤੁਸੀਂ ਉਹੀ ਵੱਢੋਗੇ ਇਹ ਨਿਜਮ ਲਾਗੂ ਹੈ ਮੇਰੇ ਉੱਤੇ ਵੀ ਲਾਗੂ ਹੈ ਤੁਹਾਡੇ ਉੱਤੇ ਵੀ ਲਾਗੂ ਹੈ ਇਹੀ ਨਿਜਮ ਬਾਬਾ ਨਾਨਕ ਜੀ ਦੇ ਉੱਤੇ ਵੀ ਲਾਗੂ ਸੀਗਾ ਕਿ ਬਾਬਾ ਨਾਨਕ ਜੀ ਜਿਹੋ ਜਿਹਾ ਤੁਸੀਂ ਬੀਜੋਗੇ ਤੁਹਾਨੂੰ ਉਹੋ ਜਿਹਾ ਵੱਢਣਾ ਪੈਣਾ ਬਾਬਾ ਨਾਨਕ ਜੀ ਨੇ ਚੰਗਾ ਚੰਗਾ ਬੀਜਿਆ ਚੰਗਾ ਚੰਗਾ ਵੱਢਿਆ ਹੁਣ ਇਹੀ ਨਿਜਮ ਜਿਹੜਾ ਹੈ ਉਹ ਬਾਬਰ ਦੇ ਉੱਤੇ ਵੀ ਲਾਗੂ ਸੀਗਾ ਕਿ ਬਾਬਰ ਜਿਹੋ ਜਾਂ ਤੂੰ ਬੀਜੇਂਗਾ ਤੈਨੂੰ ਵੜਣਾ ਉਹੋ ਜਿਹਾ ਪੈਣਾ ਹੁਣ ਬਾਬਰ ਨੇ ਮਾੜੇ ਕੰਮ ਕੀਤੇ ਤੇ ਉਹਨੂੰ ਵੜਣਾ ਵੀ ਉਹੋ ਜਿਹਾ ਪਿਆ ਹੋਏਗਾ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੋਏਗਾ ਮਾਨਸਿਕ ਤੌਰ ਦੇ ਉੱਤੇ ਦੁਖੀ ਹੋਏਗਾ ਠੀਕ ਹੈ ਨਾ ਇਹ ਸਭ ਕੁਝ ਜਿਹੜਾ ਹੈ ਨਾ ਉਹ ਬੰਦੇ ਦੇ ਅੰਦਰ ਹੀ ਚੱਲਦਾ ਪਿਆ ਹੈ ਕਿਉਂਕਿ ਇੱਕ ਕਚਹਿਰੀ ਜਿਹੜੀ ਹੈ ਨਾ ਉਹ ਧਰਮ ਦੀ ਕਚਹਿਰੀ ਬੰਦੇ ਦੇ ਅੰਦਰ ਹੀ ਲੱਗੀ ਹੋਈ ਹੈ ਜਿਹਦੇ ਬਾਰੇ ਚ ਗੁਰਬਾਣੀ ਕਹਿੰਦੀ ਹੈ ਅੰਦਰ ਰਾਜਾ ਤਖਤ ਹੈ ਅੰਦਰ ਨਾ ਰਾਜਾ ਬੈਠਾ ਹੋਇਆ ਆਪਣਾ ਤਖਤ ਲਾ ਕੇ ਉਹ ਰਾਜਾ ਕੀ ਹੈ ਉਹ ਧਰਮ ਹੈ ਉਹ ਇੱਕ ਸਿਸਟਮ ਹੈ ਜਿਹੜਾ ਹਰ ਇੱਕ ਮਨੁੱਖ ਦੇ ਇਸ ਬ੍ਰੇਨ ਦੇ ਵਿੱਚ ਕੰਮ ਕਰ ਰਿਹਾ ਹੈ ਕੁਦਰਤੀ ਤੌਰ ਦੇ ਉੱਤੇ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਇੱਥੇ ਸੈਕਿੰਡ ਸੈਕਿੰਡ ਦੇ ਉੱਤੇ ਨਿਆ ਹੁੰਦੇ ਨੇ ਜਿਹੋ ਜਿਹਾ ਬੀਜ ਤੁਸੀਂ ਬੀਜਿਆ ਉਹੋ ਜਿਹਾ ਰਿਜ਼ਲਟ ਤੁਹਾਨੂੰ ਮਿਲ ਗਿਆ ਉਹ ਧਰਮ ਦੀ ਕਚਹਿਰੀ ਸਾਡੇ ਅੰਦਰ ਹੀ ਲੱਗੀ ਹੋਈ ਹੈ ਇਹ ਨਿਯਮ ਜਿਹੜਾ ਉਹ ਹਰ ਇੱਕ ਮਨੁੱਖ ਦੇ ਉੱਤੇ ਲਾਗੂ ਕਰ ਦਿੱਤਾ ਗਿਆ ਹੈ ਜੇ ਕੋਈ ਕਿਸੇ ਦਾ ਰੇਪ ਕਰਦਾ ਹੈ ਨਾ ਇਹ ਨਿਯਮ ਉਹਦੇ ਉੱਤੇ ਵੀ ਲਾਗੂ ਹੈ ਹੁਣ ਜਦੋਂ ਆਸੀਫਾ ਦਾ ਰੇਪ ਹੋਇਆ ਸੀਗਾ ਜਿਨ੍ਹਾਂ ਨੇ ਉਹਦਾ ਰੇਪ ਕੀਤਾ ਹੋਏਗਾ ਕੋਰਟ ਨੇ ਪਤਾ ਨਹੀਂ ਉਹਨਾਂ ਨੂੰ ਸਜ਼ਾ ਦਿੱਤੀ ਕਿ ਨਹੀਂ ਦਿੱਤੀ ਪਰ ਸੱਚ ਕਰਕੇ ਜਾਣਿਓ ਜਿਹੜੀ ਅੰਦਰ ਕਚਹਿਰੀ ਲੱਗੀ ਹੈ ਨਾ ਇੱਥੇ ਤਾਂ ਉਹਨੂੰ ਸਜ਼ਾ ਉਸੇ ਸਮੇਂ ਹੀ ਮਿਲ ਗਈ ਸੀ ਉਹਨਾਂ ਬੰਦਿਆਂ ਨੂੰ ਉਹ ਮਾਨਸਿਕ ਤੌਰ ਦੇ ਉੱਤੇ ਉਸੇ ਸਮੇਂ ਹੀ ਪਰੇਸ਼ਾਨ ਹੋ ਗਏ ਹੋਣਗੇ ਇਹੋ ਜੀ ਗੰਦੀ ਕਰਤੂਤ ਕਰਨ ਤੋਂ ਬਾਅਦ ਉਹਨਾਂ ਨੂੰ ਅੰਦਰ ਹੀ ਸਜ਼ਾ ਮਿਲ ਗਈ ਹੋਏਗੀ ਕਿਉਂਕਿ ਗਲਤ ਬੀਜ ਬੀਜ ਲਿਆ ਜਿਹਹਾ ਬੀਜ ਹੈ ਸੋ ਲੁਣਾ ਹੈ ਕਰਮਾਂ ਸੰਧੜਾ ਖੇਤ ਠੀਕ ਹੈ ਨਾ ਹੁਣ ਜਿਹੜਾ ਬੰਦਾ ਕਿਸੇ ਦੇ ਘਰ ਚੋਰੀ ਕਰਦਾ ਹੈ ਜਦੋਂ ਚੋਰੀ ਕਰ ਲੈਂਦਾ ਹੈ ਉਹਦੇ ਅੰਦਰ ਇੱਕ ਡਰ ਵੀ ਤੇ ਉਸੇ ਸਮੇਂ ਪੈਦਾ ਹੋ ਜਾਂਦਾ ਨਾ ਕਿ ਹੁਣ ਮੈਂ ਕਿਤੇ ਫੜਿਆ ਨਾ ਜਾਵਾਂ ਮੈਨੂੰ ਪੁਲਿਸ ਅਰੈਸਟ ਨਾ ਕਰ ਲਵੇ ਉਹ ਅੰਦਰੋਂ ਵਿਚਾਰਾ ਕਿੰਨਾ ਪਰੇਸ਼ਾਨ ਹੁੰਦਾ ਹੋਏਗਾ ਜਿਹੜਾ ਬੰਦਾ ਰਿਸ਼ਵਤ ਲੈਂਦਾ ਹੈ ਉਹ ਅੰਦਰੋਂ ਵਿਚਾਰਾ ਕਿੰਨਾ ਪਰੇਸ਼ਾਨ ਹੁੰਦਾ ਹੋਏਗਾ ਅੰਦਰੋਂ ਕਿੰਨਾ ਦੁਖੀ ਹੁੰਦਾ ਹੋਏਗਾ ਸੋ ਇਹ ਜਿਹੜਾ ਕੁਦਰਤ ਦਾ ਨਿਜਮ ਹੈ ਨਾ ਇਹ ਸਾਡੇ ਸਾਰਿਆਂ ਦੇ ਉੱਤੇ ਹੀ ਲਾਗੂ ਕੀਤਾ ਹੋਇਆ ਹੈ ਇਸ ਕੁਦਰਤ ਨੇ ਇਸ ਨਿਜਮ ਤੋਂ ਕੋਈ ਵੀ ਬਾਹਰ ਨਹੀਂ ਹੈ ਜਦੋਂ ਕਹਰੇ ਹੁਕਮ ਹੈ ਅੰਦਰ ਸਭ ਕੋ ਇਹਦਾ ਮਤਲਬ ਕੀ ਹੈ ਇੱਕ ਨਿਜਮ ਸਾਡੇ ਉੱਤੇ ਲਾਗੂ ਹੈ ਤੇ ਉਹ ਨਿਜਮ ਕਿਹੜਾ ਹੈ ਆਪੇ ਬੀਜ ਆਪੇ ਹੀ ਖਾਓ ਆ ਨਿਜਮ ਹੈ ਜਿਹੋ ਜਾਂ ਤੁਸੀਂ ਬੀਜੋਗੇ ਉਹੋ ਜਿਹਾ ਤੁਹਾਨੂੰ ਵੱਡਣਾ ਪੈਣਾ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਕਹੀ ਹੈ ਕਿ ਗਲਤ ਕੰਮ ਜੇ ਆਪ ਕੀਤਾ ਹੋਵੇ ਨਾ ਤੇ ਦੋਸ਼ ਕਿਸੇ ਦੂਜੇ ਨੂੰ ਨਾ ਦੇਈ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਕਿ ਜੋ ਮੈਂ ਕੀਤਾ ਨਾ ਉਹੀ ਮੈਂ ਪਾਉਣਾ ਇੱਥੇ ਕਿਸੇ ਦੂਜੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਇੱਥੇ ਕਿਸੇ ਦੂਜੇ ਦਾ ਦੋਸ਼ ਨਹੀਂ ਹੈ ਜਿਹੋ ਜਾਂ ਤੁਸੀਂ ਬੀਜਦੇ ਹੋ ਉਹੋ ਜਾਂ ਤੁਸੀਂ ਵੱਢ ਲੈਂਦੇ ਹੋ ਇਹ ਕੁਦਰਤ ਦਾ ਨਿਜਮ ਹੈ ਇਹ ਕੁਦਰਤ ਦਾ ਨਿਜਮ ਹੈ ਤੇ ਇਹ ਨਿਜਮ ਹਰ ਕਿਸੇ ਦੇ ਉੱਤੇ ਲਾਗੂ ਹੈ ਹਾਂ ਕੋਈ ਬੰਦਾ ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ ਇਹ ਵੀ ਉਹਦੀ ਮਰਜ਼ੀ ਹੈ ਠੀਕ ਹੈ ਨਾ ਕੋਈ ਇਸ ਗੱਲ ਨੂੰ ਮੰਨਣਾ ਚਾਹੁੰਦਾ ਕੋਈ ਨਹੀਂ ਮੰਨਣਾ ਚਾਹੁੰਦਾ ਉਹ ਵੀ ਉਹਦੀ ਮਰਜ਼ੀ ਹੈ ਕਿਉਂਕਿ ਸੋਚਣ ਦੇ ਪ੍ਰਤੀ ਉਹਨੂੰ ਖੁੱਲਾ ਛੱਡਿਆ ਗਿਆ ਹੈ ਨਾ ਬੰਦਾ ਸੋਚਣ ਦੇ ਪ੍ਰਤੀ ਆਜ਼ਾਦ ਹੈ ਕੁਝ ਵੀ ਸੋਚ ਸਕਦਾ ਹੈ ਚੰਗਾ ਸੋਚਣਾ ਹੈ ਮਾੜਾ ਸੋਚਣਾ ਹੈ ਆਜ਼ਾਦ ਹੈ ਕੁਝ ਵੀ ਕਰ ਸਕਦਾ ਹੈ ਪਰ ਜਦੋਂ ਸੋਚ ਲਿਆ ਤੇ ਸੋਚਣ ਦੇ ਮੁਤਾਬਕ ਜਦੋਂ ਕਰਮ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਇਹ ਚੀਜ਼ ਇਹ ਨਿਜਮ ਜਿਹੜਾ ਉਹ ਲਾਗੂ ਹੋ ਜਾਂਦਾ ਹੈ ਵੀ ਜੋ ਬੀਜੇਗਾ ਉਹ ਤੁਹਾਨੂੰ ਵੜਣਾ ਪੈਣਾ ਜਿਨ੍ਹਾਂ ਨੇ ਚੰਗਾ ਬੀਜ ਲਿਆ ਚੰਗਾ ਵੜ ਲਿਆ ਜਿਨ੍ਹਾਂ ਨੇ ਮਾੜਾ ਬੀਜ ਲਿਆ ਮਾੜਾ ਵੜ ਲਿਆ ਸੋ ਆਓ ਅਸੀਂ ਆਪਣੇ ਜੀਵਨ ਦੇ ਵਿੱਚ ਚੰਗਾ ਬੀਜਣ ਦੀ ਕੋਸ਼ਿਸ਼ ਕਰੀਏ ਚੰਗੇ ਕਰਮ ਕਰਨ ਦੀ ਕੋਸ਼ਿਸ਼ ਕਰੀਏ ਤਾਂ ਜੋ ਸਾਡਾ ਜੀਵਨ ਜਿਹੜਾ ਹੈ ਉਹ ਸੁਖੀ ਬੀਤ ਸਕੇ ਸ਼ੈਫੀ ਸਿੰਘ ਜੀ ਬਹੁਤ ਸੋਹਣਾ ਸਵਾਲ ਤੁਸੀਂ ਪੁੱਛਿਆ ਸੀਗਾ ਆਸ ਹੈ ਕਿ ਤੁਸੀਂ ਜਵਾਬ ਤੋਂ ਸੰਤੁਸ਼ਟ ਹੋ ਗਏ ਹੋਗੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਸਵਾਲ ਹੋਵੇ ਜਾਂ ਕਿਸੇ ਹੋਰ ਵੀਰ ਭੈਣ ਦੇ ਮਨ ਦੇ ਵਿੱਚ ਕੋਈ ਹੋਰ ਸਵਾਲ ਹੋਵੇ ਤੇ ਥੱਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਉੱਥੇ ਕਮੈਂਟ ਕਰੋ ਤੇ ਵੀਡੀਓ ਬਣਾ ਕੇ ਮੈਂ ਉਹਦਾ ਜਵਾਬ ਜਿਹੜਾ ਹੈ ਆਪਜੀ ਨਾਲ ਸਾਂਝਾ ਕਰ ਦਿਆਂਗਾ ਕਿਉਂਕਿ ਫੋਨ ਦੇ ਉੱਤੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇਣੇ ਬਹੁਤ ਔਖੇ ਹੋ ਜਾਂਦੇ ਨੇ ਇਸੇ ਕਰਕੇ ਲੜੀ ਸ਼ੁਰੂ ਕੀਤੀ ਹੈ ਤੁਸੀਂ ਸਵਾਲ ਪੁੱਛੋ ਤੇ ਵੀਡੀਓ ਬਣਾ ਕੇ ਉਹਦਾ ਜਵਾਬ ਦੇ ਦਿਆਂਗਾ ਜਿਨ੍ਹਾਂ ਨੂੰ ਇਹ ਵੀਡੀਓ ਪਸੰਦ ਆਈਏ ਵੀਡੀਓ ਨੂੰ ਲਾਈਕ ਕਰੋ ਨਹੀਂ ਪਸੰਦ ਆਈ ਤੇ ਡਿਸਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਆਵੇ ਤੇ ਆਪਜੀ ਤੱਕ ਉਹ ਵੀਡੀਓ ਜਿਹੜੀ ਹੈ ਉਹ ਪੁੱਜ ਜਾਵੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਗੁਰਬਾਣੀ ਦਾ ਮੈਸੇਜ ਜਿਹੜਾ ਹੈ ਉਹ ਦੂਰ ਦੂਰ ਤੱਕ ਜਾ ਸਕੇ ਧੰਨਵਾਦ ਇਸੇ ਤਰ੍ਹਾਂ ਗੁਰਬਾਣੀ ਕਥਾ ਦੀਆਂ ਹੋਰ ਵੀਡੀਓਜ਼ ਵੇਖਣ ਵਾਸਤੇ ਤੁਸੀਂ ਮੇਰਾ YouTube ਚੈਨਲ ਬਲਜੀਤ ਸਿੰਘ ਦਿੱਲੀ ਅਫੀਸ਼ੀਅਲ ਉਸ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਤੋਂ ਬਾਅਦ ਇੱਕ ਘੰਟੀ ਬਣੀ ਹੋਈ ਆਏਗੀ ਉਸ ਘੰਟੀ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਉਸ ਦਾ ਮੈਸੇਜ ਆਪਜੀ ਤੱਕ ਪੁੱਜ ਜਾਵੇ